ਤੇ ਬਾਰ ਬਾਰ ਢੇਰਾ ਹੋ ਚੁੱਕਿਆ ਸੀ, ਅੱਖਾਂ ਬੰਦ, ਉਹ ਮੋਟਰਸਾਈਕਲ ਲੈ ਨਹੀਂ ਜਾਣਾ ਸੀ, ਪਰ ਰੱਬ ਨੇ ਅੱਖਾਂ ਕੱਛਾਂ ਵਿੱਚ ਲਾਈਆਂ, ਗੋਡਿਆਂ ਮੋਢਿਆਂ 'ਤੇ ਲਾਈਆਂ, ਕਿੱਥੇ ਲਾਈਆਂ, ਸਾਹਮਣੇ, ਸਿਆਣ ਤਾਂ ਕੀਤੀ ਕਿ ਮੁੰਡ ਤਾਂ ਕੀਤੀ, ਪਰ ਬੇਟੇ ਇਹ ਗਲਤੀ ਤੁਹਾਡੀ ਨਹੀਂ ਪੁੱਤ, ਇਹ ਗਲਤੀ ਸਾਡੀ, ਅਸੀਂ ਤੁਹਾਨੂੰ ਕਦੇ ਦੱਸਿਆ ਨਹੀਂ ਕਿ ਰੱਬ ਸਿਆਣਾ, ਪਰ ਸੁਖਵਿੰਦਰ ਸਿੰਘ ਜੀ ਤੁਸੀਂ ਕਹਿੰਦੇ ਰੱਬ ਨੂੰ ਰੋਕਿਆ, ਕਹਿੰਦੇ ਸਰ ਅਸੀਂ ਰੋਕ ਗਏ, ਨਹੀਂ ਕਹਿੰਦੇ, ਨਹੀਂ ਕਹਿੰਦੇ, ਤੁਸੀਂ ਕਹਿੰਦੇ ਰੱਬਾਂ ਨੂੰ ਬਿਲਕੁਲ ਅਕਲ ਨਹੀਂ ਦੇਣਾ, ਕਹਿੰਦੇ ਉਹ ਨਹੀਂ ਕਹਿੰਦੇ, ਨਹੀਂ ਕਹਿੰਦੇ, ਕਹਿੰਦੇ ਆ, ਕਹਿੰਦੇ ਰੱਬਾਂ ਤੈਨੂੰ ਅਕਲ ਨਹੀਂ ਹੈਗੀ, ਹਾਂ ਗਲਤੀ ਇਹਦੀ ਗਲਤੀ ਸਾਡੀ, ਰੱਬ ਨੂੰ ਕਹਿੰਦੇ ਰੱਬਾਂ ਤੂੰ ਸਭ ਕੁਝ ਠੀਕ ਬਣਾਇਆ, ਪਰ ਮੇਰੀ ਸ਼ਰਮ ਸੋਹਣੀ ਬਣਾਈ, ਮੈਂ ਤੈਨੂੰ ਸੋਹਣਾ ਬਣ ਕੇ ਦਿਖਾਉਣਾ, ਅਤੇ ਕਟਿੰਗ ਕਰਨੀ ਸ਼ੁਰੂ, ਮੇਰੀ ਗੱਲ ਬਣ ਗਈ, ਇਹ ਮੇਰੀ ਗਲਤ ਗੱਲ, ਮੇਰੀ ਗੱਲ, ਮੇਰੀ ਗੱਲ ਤਾਂ ਪਸੰਦ ਕਰ ਰਹੇ, ਮੇਰੀ ਗੱਲ ਤਾਂ ਪਸੰਦ ਕਰ ਰਹੇ, ਉਹ ਗੁੱਸਾ ਕਰਨਾ ਵਾ, ਅਤੇ ਗੁੱਸਾ ਕਰਕੇ ਕੇਸ ਰੱਖ ਲੈਣੇ ਆ, ਗੁੱਸਾ ਕਰਕੇ ਕੇਸ, ਅੱਛਾ ਜਿਹੜੇ ਆਪਣੇ ਪਿਤਾ ਕੌਣ ਨੇ, ਦਸ਼ਮੇਸ਼ ਪਿਤਾ ਕੌਣ ਸਾਡੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੀ ਕਹਿੰਦੇ ਆ, ਉਹ ਆਵਾਜ਼ ਨਹੀਂ ਆਈ, ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।
ਨਾ ਜਾਏ। ਦੇਖ ਲੋ ਉਹ ਬਈ ਤੇਰਾ ਸਟੇਟ ਕਿਹੜੀ ਹੈ, ਤੇਰੀ ਸਟੇਟ ਕਿਹੜੀ ਹੈ? ਮੱਧ ਪ੍ਰਦੇਸ਼। ਕਿਹੜੀ ਸਟੇਟ ਹੈ? ਉਹ ਜ਼ਿਲ੍ਹਾ ਕਿਹੜਾ ਤੇਰਾ? ਸਤਨਾ ਜ਼ਿਲ੍ਹਾ। ਇਹਦਾ ਤੇ ਤੇਰਾ ਨਾਮ ਕੀ ਹੈ? ਨੀਰਜ ਕੁਮਾਰ। ਨੀਰਜ ਕੁਮਾਰ, ਉਹ ਇਹਦਾ ਨਾਮ ਕੀ ਹੈ? ਇਹਨੂੰ ਕੋਈ ਕਹੂਗਾ ਭਈਆ? ਭਈਆ ਵੈਸੇ ਚੰਗਾ ਸ਼ਬਦ ਹੈ, ਗੁਰੂ ਗ੍ਰੰਥ ਵਿੱਚ ਬੜੀ ਵਾਰੀ ਆਇਆ ਭਰਾ, ਪਰ ਅੱਜ ਕੱਲ੍ਹ ਉਹਨੂੰ ਭਈਆ ਮਾੜਾ ਸ਼ਬਦ ਕਰਨ ਲੱਗ ਗਏ। ਪਰ ਇਹਨੂੰ ਕਹਿਣਗੇ ਸਿੰਘ, ਇਹਨੂੰ ਕਹਿਣਗੇ ਗੁਰੂ ਦਾ ਸੱਤ ਬਾਣੀਆਂ ਪੰਡਿਤ ਜੀ ਨੂੰ ਪੰਜਾਬ ਪਿਆਰਿਆਂ ਵਿੱਚ ਸ਼ਾਮਲ ਹੁੰਦਾ ਹੈ। ਦੱਸੋ ਵੀ ਗੁਰੂ ਗੋਬਿੰਦ ਸਿੰਘ ਦੀ ਸ਼ਕਲ ਕਿਹਦੇ ਨਾਲ ਰਲਦੀ ਹੈ? ਇਹਦੇ ਨਾਲ ਰਲਦੀ ਕਿ ਨਹੀਂ ਰਲਦੀ? ਇਹਨੂੰ ਪੁੱਤਰ ਕਹਿਣਗੇ ਕਿ ਨਹੀਂ ਕਹਿਣਗੇ? ਸਹਿਜ ਪਾਠ ਕਰਦਾ ਸੱਤ ਬਾਣੀਆਂ ਪੰਡ ਕੀਤੀਆਂ ਹੋਈਆਂ ਨੇ। ਇਹ ਮਜ਼ਦੂਰੀ ਕਰਨ ਵਾਸਤੇ ਆਇਆ ਸੀ ਤੇ ਗੁਰੂ ਘਰ ਕੋਲ ਕਹਿੰਦਾ ਲਾਲਚ ਪੈ ਗਿਆ ਕੜਾਹ ਖਾਣ ਦਾ। ਕਹਿੰਦਾ ਨਹੀਂ, ਸਵੇਰੇ ਸਵੇਰੇ ਉੱਠ ਕੇ ਗਰਮ ਗਰਮ ਕੜਾਹ ਲੈਂਦਾ ਸੀ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅੰਮ੍ਰਿਤ ਸਰ ਉਤਰੇ। ਇੱਕ ਜਾਂ ਬਜ਼ੁਰਗ ਜੇ ਕੋਈ ਆਏ ਕਹਿੰਦੇ ਪੁੱਤ ਇਕੱਲਾ ਕੜਾਹ ਨਾ ਖਾਇਆ ਕਰ, ਸੇਵਾ ਵੀ ਕਰਿਆ ਕਰ, ਸੇਵਾ ਵੀ। ਤੇ ਸੇਵਾ ਵੀ ਕਰਨ ਲੱਗ ਪਿਆ ਤੇ ਸੇਵਾ ਦਾ ਫਿਰ ਮੇਵਾ ਮਿਲਣ ਲੱਗ ਨਹੀਂ ਪੈਂਦਾ। ਇੱਕ ਬੀਬੀ ਜੀ ਆਈ ਕਹਿੰਦੇ ਪੁੱਤ ਇਕੱਲੀ ਸੇਵਾ ਨਾ ਕਰਿਆ, ਪਾਠ ਵੀ ਕਰਿਆ ਕਰ। ਕਹਿੰਦਾ ਮੈਨੂੰ ਪਾਠ ਕਰਨਾ? ਉਹ ਕਹਿੰਦੇ ਕੋਈ ਗੱਲ ਨੀ, ਤੂੰ ਹਿੰਦੀ ਪੜ੍ਹਿਆ ਕਿ ਥੋੜੀ ਥੋੜੀ? ਕਹਿੰਦੇ ਆ ਲੈ ਬੜੀ ਹਿੰਦੀ ਦਾ ਗੁਟਕਾ, ਹਿੰਦੀ ਦਾ ਗੁਟਕਾ। ਇਹਨੇ ਹਿੰਦੀ ਚ ਪਾਠ ਕਰਨਾ ਸ਼ੁਰੂ ਕਰਤਾ। ਫਿਰ ਇੱਕ ਨੌਜਵਾਨ ਸਿੰਘ ਆਇਆ, ਨੌਜਵਾਨ ਇਹਦੇ ਵਰਗਾ ਆਇਆ, ਕਹਿੰਦਾ ਵੀਰੇ ਤੂੰ ਹਿੰਦੀ ਦੇ ਗੁਟਕੇ ਦਾ ਪਾਠ ਕਰਦਾ, ਪੰਜਾਬੀ ਚ ਪਾਠ ਕਰਿਆ ਕਰ, ਤੇਰੀ ਬੜੀ ਚੜ੍ਹਦੀ ਕਲਾ ਹੋਏਗੀ। ਪੰਜਾਬੀ ਸਿੱਖ ਲਾ ਫਿਰ ਇਹਨੇ ਸੰਖਿਆ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿ ਅੱਜ ਇਹ ਸਹਿਜ ਪਾਠ ਵੀ ਕਰਦਾ, ਹੁਕਮਨਾਮਾ ਵੀ ਲੈਂਦਾ, ਪੰਜ ਪਿਆਰਿਆਂ ਵਿੱਚ ਸ਼ਾਮਲ ਵੀ ਹੁੰਦਾ, ਪਲੱਸ ਸੱਤ ਬਾਣੀਆਂ ਕੰਡ ਰਹੇ ਹੁਣ ਇਹਨਾਂ ਗੁਰੂ ਮਰਿਆਦਾ ਅਨੁਸਾਰ ਇਹਦਾ ਨਾਮਕਰਨ ਹੋਇਆ। ਭੈਣ ਜੀ ਦੀ ਸਿੰਗਰੀ ਨੂੰ ਮਿਲੇ ਗਈ ਸੀ ਲਖਵਿੰਦਰ ਕੌਰ ਨੂੰ, ਇਹ ਗੁਰੂ ਅਨੰਦਪੁਰ ਸਾਹਿਬ। ਸੋ ਬਈ ਮੇਰੀ ਬੇਨਤੀ ਵੀ ਸਾਰ ਜਾ ਰਹੀ, ਅੱਗੇ ਦੀ ਸ਼ਕਲ ਬਣਾਉਣਾ ਚਾਹੁੰਦੇ ਗੁਰੂ ਗੋਬਿੰਦ ਸਿੰਘ ਪੁੱਤ ਨਾਲ ਗਈ, ਡਰੋਗੇ ਤੁਸੀਂ ਜਗਾਰਾ ਲਾ ਦੇਣਾ, ਕੰਮ ਕਰ ਜਾ ਗਈ ਪੱਕਾ, ਪੈਰੀ ਬੋਲ ਕੇ ਜੋੜਿਆ ਪੱਕਾ ਛੋਟੇ ਗਾਣੇ ਕੁਛ ਕਰ ਲਾ ਬੋਲੇ। ਸਿਆਣਾ ਗੱਲ